ਅੱਜ ਆਪਾਂ ਗੱਲ ਕਰਾਂਗੇ ਇਸ ਵੀਡੀਓ ਵਿੱਚ ਜੋ ਸਟੂਡੈਂਟ ਸਾਈਪ੍ਰਸ ਮੂਵ ਹੁੰਦੇ ਨੇ ਜਾਂ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਹੋਣਾ ਚਾਹੁੰਦੇ ਨੇ, ਕਿਉਂਕਿ ਸਾਈਪ੍ਰਸ ਵਿੱਚ 90% ਸਟੂਡੈਂਟ ਇਸ ਕਰਕੇ ਮੂਵ ਹੁੰਦਾ ਵੀ ਅਸੀਂ ਉੱਥੋਂ ਕੈਨੇਡਾ, UK, ਸ਼ੰਗਨ ਜਾਂ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ USA, ਇਹਨਾਂ ਵਿੱਚੋਂ ਕਿਸੇ ਵੀ ਕੰਟਰੀ ਵਿੱਚ ਅਸੀਂ ਮੂਵ ਕਰਨਾ, ਭਾਵੇਂ ਸਾਨੂੰ ਟਾਈਮ ਜ਼ਿਆਦਾ ਲੱਗੇ ਜਾਂ ਘੱਟ ਲੱਗੇ, ਬਸ ਅਸੀਂ ਉੱਥੋਂ ਮੂਵ ਕਰਨਾ। ਹੁਣ ਆਪਾਂ ਅੱਜ ਆਪਾਂ ਗੱਲ ਕਰਾਂਗੇ ਵੀ ਸਾਈਪ੍ਰਸ ਵਿੱਚ ਜੋ ਮੂਵ ਹੋਣਾ ਕਿੰਨਾ ਕੁ ਸੌਖਾ ਹੈ, ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਜੇ ਤੁਸੀਂ ਮੂਵ ਹੋਣਾ ਚਾਹੁੰਦੇ ਹੋ, ਕਿਉਂਕਿ ਜੇ ਤੁਹਾਡੇ ਕੋਲ ਪ੍ਰੋਪਰਲੀ ਡਾਕੂਮੈਂਟ ਨਹੀਂ ਨੇ ਤਾਂ ਤੁਸੀਂ ਕਿਸੇ ਕੰਟਰੀ ਦਾ ਵੀ ਵੀਜ਼ਾ ਨਹੀਂ ਲੈ ਸਕਦੇ। ਤੁਹਾਡੀ ਪ੍ਰੋਫਾਈਲ ਖਰਾਬ ਹੋ ਸਕਦੀ ਹੈ, ਤੁਹਾਡੀ ਫਾਈਲ ਦੁਬਾਰਾ ਤੁਹਾਨੂੰ ਉਹ ਕੰਟਰੀ ਵੀਜ਼ਾ ਨਹੀਂ ਪ੍ਰੋਵਾਈਡ ਕਰ ਸਕਦੀ ਜੇ ਤੁਸੀਂ ਆਪਣੇ ਗਲਤ ਡਾਕੂਮੈਂਟ ਆਪਣੀ ਫਾਈਲ ਦੇ ਵਿੱਚ ਅਟੈਚ ਕੀਤੇ ਨੇ। ਇਸ ਕਰਕੇ ਅੱਜ ਦੀ ਵੀਡੀਓ ਉਹਨਾਂ ਲੋਕਾਂ ਵਾਸਤੇ, ਉਹਨਾਂ ਸਟੂਡੈਂਟ ਵਾਸਤੇ ਬਹੁਤ ਇੰਪੋਰਟੈਂਟ ਹੈ ਜੋ ਫਸਟ ਟਾਈਮ ਆਪਣਾ ਸਾਈਪ੍ਰਸ ਟੂ UK, ਸ਼ੰਗਨ, ਆਸਟ੍ਰੇਲੀਆ, ਨਿਊਜ਼ੀਲੈਂਡ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ। ਨੰਬਰ 1 ਤਾਂ ਆਪਾਂ ਗੱਲ ਕਰਾਂਗੇ ਉਹਨਾਂ ਦਾ ਪਾਸਪੋਰਟ 6 ਮੰਥ ਵੈਲਿਡ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਹਾਡਾ ਪਾਸਪੋਰਟ 6 ਮੰਥ ਵੈਲਿਡ ਹੈ ਤਾਂ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ। ਨੰਬਰ 2 ਤੁਹਾਡੀ ਪਿੰਕ ਸਲਿੱਪ, ਮਿਨੀਮਮ 6 ਮੰਥ ਵੈਲਿਡ ਹੋਣੀ ਬਹੁਤ ਜ਼ਰੂਰੀ ਹੈ। ਜੇ ਤੁਹਾਡੀ ਪਿੰਕ ਸਲਿੱਪ 2-3 ਮਹੀਨਿਆਂ ਦੀ ਵੈਲਿਡ ਹੈ ਤਾਂ ਤੁਸੀਂ ਭੁੱਲ ਕੇ ਵੀ ਵੀਜ਼ਾ ਅਪਲਾਈ ਨਾ ਕਰੋ, ਕਿਉਂਕਿ ਇੱਕ ਵਾਰੀ ਜੇ ਤੁਹਾਡਾ ਵੀਜ਼ਾ ਰਿਜੈਕਸ਼ਨ ਆ ਜਾਂਦਾ ਦੁਬਾਰਾ ਉਸ ਕੰਟਰੀ ਦਾ ਵੀਜ਼ਾ ਲੈਣਾ ਬਹੁਤ ਔਖਾ ਹੈ। ਨੰਬਰ 3 ਦੀ ਆਪਾਂ ਗੱਲ ਕਰਾਂਗੇ ਤੁਹਾਡੀ ਯੂਨੀ ਦੇ ਪ੍ਰੋਪਰਲੀ ਡਾਕੂਮੈਂਟਸ, ਜਿਹਦੇ ਵਿੱਚ ਆਪਾਂ ਗੱਲ ਕਰੀਏ ਟਰਮ ਲੈਟਰ ਅਤੇ ਲੀਵ ਲੈਟਰ। ਟਰਮ ਅਤੇ ਲੀਵ ਲੈਟਰ ਬਹੁਤ ਜ਼ਰੂਰੀ ਹੈ, ਕਿਉਂਕਿ ਤੁਸੀਂ ਇਸ ਕੰਟਰੀ ਦੇ ਵਿੱਚ ਸਟੱਡੀ ਪਰਪਸ 'ਤੇ ਆਏ ਹੋ, ਭਾਵੇਂ ਤੁਸੀਂ ਵਰਕ ਪਰਮਿਟ 'ਤੇ ਆਏ ਹੋ। ਜੇ ਤੁਹਾਡੇ ਕੋਲ ਲੀਵ ਲੈਟਰ ਨਹੀਂ ਹੈ ਜਾਂ ਟਰਮ ਲੈਟਰ ਨਹੀਂ ਹੈ, ਟਰਮ ਔਰ ਲੀਵ ਲੈਟਰ ਵਿੱਚ ਵੀ ਤੁਹਾਨੂੰ ਕੀ ਇਹਦੇ ਵਿੱਚ ਡਿਫਰੈਂਟ ਹੈ? ਇੱਕ ਤਾਂ ਲੀਵ ਲੈਟਰ ਯੂਨੀਵਰਸਿਟੀਆਂ ਪ੍ਰੋਵਾਈਡ ਕਰਦੀਆਂ ਨੇ ਵੀ ਸਾਡੇ ਸਾਈਡ ਤੋਂ ਇੰਨੇ ਦਿਨਾਂ ਦੀ ਤੁਹਾਨੂੰ ਲੀਵ ਹੈ, ਇਹਨਾਂ ਲੀਵ ਦੇ ਵਿੱਚ ਤੁਸੀਂ ਕਿਸੇ ਵੀ ਕੰਟਰੀ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ, ਜਿਹਦੇ ਉਹਦੇ ਵਿੱਚ ਨਾਮ ਵੀ ਮੈਂਸ਼ਨ ਹੋ ਜਾਂਦਾ। ਕੁਛ ਯੂਨੀਵਰਸਿਟੀਆਂ ਤੁਹਾਨੂੰ ਇਹ ਲੈਟਰ ਪ੍ਰੋਵਾਈਡ ਨਹੀਂ ਕਰਦੀਆਂ, ਉਹ ਲੈਟਰ ਪ੍ਰੋਵਾਈਡ ਕਰਦੀਆਂ ਨੇ ਟਰਮ ਲੈਟਰ ਵੀ ਤੁਹਾਡੇ ਜੋ 1 ਸਾਲ ਤੋਂ ਲੈ ਕੇ ਜਾਂ ਲਾਸਟ ਈਅਰ ਤੱਕ ਜਾਂ 1 ਸਾਲ ਦਾ ਤੁਹਾਡੇ ਵਿੱਚ ਯੂਨੀਵਰਸਿਟੀ ਵਿੱਚ ਕੀ ਟਰਮ ਨੇ, ਤੁਹਾਡਾ ਫਸਟ ਸਟੈਮ ਸਮੈਸਟਰ ਕਦੋਂ ਸਟਾਰਟ ਹੋ ਰਿਹਾ, ਸੈਕਿੰਡ ਕਦੋਂ ਸਟਾਰਟ ਹੋ ਰਿਹਾ, ਉਹਨਾਂ ਦੋਨਾਂ ਦੇ ਵਿੱਚ ਜੋ ਗੈਪ ਹੈ ਉਹ ਕਿੰਨੇ ਦਿਨਾਂ ਦਾ, ਉਹਦੇ ਬੇਸ 'ਤੇ ਵੀ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ। ਉਦੋਂ ਐਕਸਟਰਾ ਤੁਹਾਡੇ ਜੋ ਈਸਟਰ ਦੇ ਵੈਕੇਸ਼ਨ ਨੇ, ਸਮਰ ਵੈਕੇਸ਼ਨ ਹੋਣਗੇ ਜਾਂ ਵਿੰਟਰ ਦੇ ਵੈਕੇਸ਼ਨ, ਕ੍ਰਿਸਮਸ ਦੇ, ਨਿਊ ਈਅਰ ਦੇ, ਜੇ ਉਹਦੇ ਵਿੱਚ ਮੈਂਸ਼ਨ ਨੇ ਉਹਦੇ ਬੇਸ 'ਤੇ ਵੀ ਤੁਸੀਂ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ। ਅਤੇ ਜ਼ਰੂਰੀ ਨਹੀਂ ਹੈ ਤੁਹਾਡੇ ਕੋਲ ਲੀਵ ਲੈਟਰ ਹੈ ਤਾਂ ਹੀ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ, ਜੇ ਤੁਹਾਡੇ ਕੋਲ ਟਰਮ ਲੈਟਰ ਹੈ ਤਾਂ ਵੀ ਤੁਸੀਂ ਸਾਈਪ੍ਰਸ ਤੋਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ ਜਾਂ ਕਿਸੇ ਵੀ ਕੰਟਰੀ ਤੋਂ ਕਿਸੇ ਕੰਟਰੀ ਦਾ ਵੀ ਵੀਜ਼ਾ ਅਪਲਾਈ ਕਰ ਸਕਦੇ ਹੋ। ਉਦੋਂ ਬਾਅਦ ਆਪਾਂ ਗੱਲ ਕਰਾਂਗੇ ਤੁਹਾਡੀ ਬੈਂਕ ਸਟੇਟਮੈਂਟ। ਜੇ ਤੁਸੀਂ ਸਟੂਡੈਂਟ ਹੋ ਤਾਂ ਤੁਸੀਂ ਆਪਣੇ ਪੇਰੈਂਟਸ ਦੀ ਬੈਂਕ ਸਟੇਟਮੈਂਟ ਨਾਲ ਜ਼ਰੂਰ ਅਟੈਚ ਕਰੋ, ਅਸੀਂ ਤੁਹਾਨੂੰ ਸੁਜੈਸਟ ਕਰਨੇ ਆ, ਜਿਹਦੇ ਨਾਲ ਤੁਹਾਡੇ ਵੀਜ਼ਾ ਮਿਲਦੇ ਚਾਂਸਸ ਜ਼ਿਆਦਾ ਹੋਣਗੇ। ਪਲੱਸ ਤੁਸੀਂ ਆਪਣੀ ਬੈਂਕ ਸਟੇਟਮੈਂਟ ਥੋੜ੍ਹੀ ਬਹੁਤ ਸ਼ੋਅ ਕਰ ਸਕਦੇ ਹੋ, 2000 ਯੂਰੋ, 3000 ਯੂਰੋ, ਜਿੰਨੇ ਵੀ ਤੁਹਾਡੇ ਤੋਂ ਉੱਥੇ ਕਰ ਸਕਦੇ ਹੋ। ਪਲੱਸ ਤੁਹਾਡੇ ਪੇਰੈਂਟਸ ਦੇ ਬੈਂਕ ਦੇ ਅਕਾਊਂਟ ਦੇ ਵਿੱਚ ਮਿਨੀਮਮ 4 ਕੁ ਲੱਖ ਰੁਪਇਆ ਨਾਲ ਜ਼ਰੂਰ ਸ਼ੋਅ ਕਰੋ ਜੇ ਤੁਸੀਂ ਸਟੱਡੀ ਵੀਜ਼ਾ 'ਤੇ ਹੋ। ਜੇ ਤੁਸੀਂ ਵਰਕ ਪਰਮਿਟ 'ਤੇ ਹੋ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਵੀ ਸ਼ੋਅ ਕਰਵਾ ਸਕਦੇ ਹੋ, ਬਟ ਜੇ ਤੁਸੀਂ ਆਪਣੇ ਅਪਰੂਵਲ ਰੇਟ ਵਧੀਆ ਚਾਹੁੰਦੇ ਹੋ ਤਾਂ ਆਪਣੇ ਪੇਰੈਂਟਸ ਦੇ ਇਨਕਮ ਦੇ ਸੋਰਸਸ ਉਹਨਾਂ ਦੀ ਬੈਂਕ ਸਟੇਟਮੈਂਟ ਨਾਲ ਜ਼ਰੂਰ ਅਟੈਚ ਕਰੋ। ਨੰਬਰ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਤੁਹਾਡੀ ਇੱਕ ਫੋਟੋ, ਡਿਜੀਟਲ ਫੋਟੋ, ਈਮੇਲ, ਫੋਨ ਨੰਬਰ, ਅਤੇ ਜੇ ਤੁਸੀਂ ਜੋਬ ਕਰ ਰਹੇ ਹੋ ਤਾਂ ਪਾਰਟ ਟਾਈਮ, ਜੇ ਫੁੱਲ ਟਾਈਮ ਕਰ ਰਹੇ ਹੋ ਤਾਂ ਫੁੱਲ ਟਾਈਮ ਦੀ ਪੇ ਸਲਿੱਪ ਅਤੇ ਜੋਬ ਦੇ ਰਿਲੇਟਡ ਇਨਫੋਰਮੇਸ਼ਨ ਵੀ ਕੀ ਜੋਬ ਕਰ ਰਹੇ ਹੋ, ਕਿੰਨੇ ਟਾਈਮ ਤੋਂ ਕਰ ਰਹੇ ਹੋ, ਕੀ ਰੋਲ ਹੈ, ਵੀ ਕਿਹੜੀ ਪੋਜੀਸ਼ਨ 'ਤੇ ਹੋ, ਜੋਬ ਈਮੇਲ, ਜੋਬ ਐਡਰੈਸ। ਉਦੋਂ ਐਕਸਟਰਾ ਤੁਹਾਡੀ ਯੂਨੀਵਰਸਿਟੀ ਦਾ ਕੈਸ਼ ਲੈਟਰ, ਨੋਰਮਲ ਲੈਟਰ, ਫੀਸ ਰਿਸਿਪਟ ਜੋ ਤੁਸੀਂ ਫੀਸ ਪੇ ਕਰਕੇ ਆਏ ਹੋ ਇੰਡੀਆ ਤੋਂ, ਉਹ ਤੁਹਾਡੀ ਰਿਸਿਪਟ ਤੁਹਾਡੇ ਕੋਲ ਹੋਣੀਆਂ ਬਹੁਤ ਜ਼ਰੂਰੀ ਨੇ। ਉਦੋਂ ਐਕਸਟਰਾ ਤੁਹਾਡੇ ਕੋਲ ਸਾਈਪ੍ਰਸ ਵਿੱਚ ਜੋ ਵੀ ਤੁਹਾਡਾ ਸਟੇਟਸ ਹੈ, ਕੋਈ ਵੀ ਅਨਦਰ ਡਾਕੂਮੈਂਟ ਦੀ ਆਪਾਂ ਗੱਲ ਕਰੀਏ, ਤੁਹਾਡੇ ਕੋਲ ਹਾਊਸ ਕੰਟਰੈਕਟ ਹੋ ਸਕਦਾ ਹੈ, ਤੁਹਾਡੇ ਕੋਲ ਜੋਬ ਕੰਟਰੈਕਟ ਹੋ ਸਕਦਾ ਹੈ, ਜਾਂ ਜੋ ਵੀ ਤੁਹਾਡੇ ਕੋਲ ਅਨਦਰ ਡਾਕੂਮੈਂਟ ਹੋਣਗੇ ਉਹ ਡਾਕੂਮੈਂਟ ਨਾਲ ਅਟੈਚ ਕਰਕੇ ਤੁਸੀਂ ਸਾਈਪ੍ਰਸ ਤੋਂ UK, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਕਿਸੇ ਵੀ ਕੰਟਰੀ ਵਿੱਚ ਮੂਵ ਹੋ ਸਕਦੇ ਹੋ। ਭਾਵੇਂ ਇਹਨਾਂ ਦਾ ਅਪਰੂਵਲ ਰੇਟ ਵਧੀਆ ਨਹੀਂ ਹੈ,
ਬਟ ਜੇ ਤੁਸੀਂ ਆਪਣੇ ਡਾਕੂਮੈਂਟ ਵਧੀਆ ਤਰੀਕੇ ਨਾਲ ਕੰਪਲੀਟ ਕਰਦੇ ਹੋ ਤਾਂ ਤੁਸੀਂ ਵੀਜ਼ਾ ਜ਼ਰੂਰ ਲੈ ਸਕਦੇ ਹੋ। 100% ਵੇਖੋ ਕਿਸੇ ਵੀ ਕੰਟਰੀ ਵਿੱਚ ਨਹੀਂ ਹੁੰਦਾ, ਅਤੇ ਸਾਈਪ੍ਰਸ ਵਰਗੀ ਕੰਟਰੀ ਵਿੱਚ ਤਾਂ 100% ਕਹਿਣਾ ਬਹੁਤ ਮੁਸ਼ਕਿਲ ਹੈ। ਬਟ ਜੇ ਤੁਸੀਂ ਟਰਾਈ ਕਰਦੇ ਹੋ, ਕੋਈ ਨਾ ਕੰਟਰੀ ਤੁਹਾਨੂੰ ਵੀਜ਼ਾ ਜ਼ਰੂਰ ਪ੍ਰੋਵਾਈਡ ਕਰੇਗੀ। ਬਟ ਤੁਹਾਡੇ ਡਾਕੂਮੈਂਟ ਪ੍ਰੋਪਰਲੀ ਵਧੀਆ ਹੋਣੇ ਚਾਹੀਦੇ ਨੇ, ਤੁਹਾਡੀ ਪ੍ਰੋਫਾਈਲ ਵਧੀਆ ਤਰੀਕੇ ਨਾਲ ਸਬਮਿਟ ਹੋਣੀ ਚਾਹੀਦੀ ਹੈ। ਜਲਦਬਾਜ਼ੀ ਵਿੱਚ ਆਪਣੀ ਫਾਈਲ ਸਬਮਿਟ ਨਾ ਕਰਵਾਓ। ਜੇ ਤੁਹਾਡੀ ਕੋਲ ਪਿੰਕ ਸਲਿਪ ਘੱਟ ਹੈ, ਪਹਿਲਾਂ ਰਿਨਿਊ ਕਰਵਾਓ, ਫਿਰ ਆਪਣੀ ਫਾਈਲ ਸਬਮਿਟ ਕਰਵਾਓ। ਜੇ ਤੁਹਾਡੀ ਬੈਂਕ ਸਟੇਟਮੈਂਟ ਨਹੀਂ ਹੈ, ਉਹਨੂੰ ਪਹਿਲਾਂ ਮੇਨਟੇਨ ਕਰੋ, ਫਿਰ ਵੀਜ਼ਾ ਅਪਲਾਈ ਕਰੋ। ਕਿਉਂਕਿ ਜੇ ਤੁਸੀਂ ਕੰਮ ਕਾਹਲੀ ਕਰੋਗੇ ਤਾਂ ਤੁਹਾਨੂੰ ਅੱਗੇ ਡਿੱਗਣ, ਕਿਉਂਕਿ ਜੇ ਤੁਸੀਂ ਕੰਮ ਕਾਹਲੀ ਵਿੱਚ ਕਰੋਗੇ ਤਾਂ ਤੁਹਾਨੂੰ ਅੱਗੇ ਟੋਏ ਮਿਲਣਗੇ। ਇਸ ਕਰਕੇ ਤੁਸੀਂ ਸਟੈਪ ਬਾਈ ਸਟੈਪ ਚਲੋ, ਅਤੇ ਸਟੈਪ ਬਾਈ ਸਟੈਪ ਚੱਲਣ ਨਾਲ ਤੁਹਾਡੀ ਪ੍ਰੋਫਾਈਲ ਵਧੀਆ ਹੋਏਗੀ, ਸਟਰੋਂਗ ਹੋਏਗੀ, ਅਤੇ ਉਹ ਕੰਟਰੀ ਤੁਹਾਨੂੰ ਵੀਜ਼ਾ ਵੀ ਪ੍ਰੋਵਾਈਡ ਕਰੇਗੀ। ਕਿਸੇ ਵੀ ਅਨਦਰ ਇਨਫੋਰਮੇਸ਼ਨ ਵਾਸਤੇ ਤੁਸੀਂ ਸਾਡੇ ਦਿੱਤੇ ਗਏ ਵਟਸਐਪ ਜਾਂ ਸਾਨੂੰ ਮੈਸੇਜ ਜਾਂ ਕਾਲ ਕਰ ਸਕਦੇ ਹੋ, ਅਤੇ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ।